ਵਿਦਵਾਨ ਸਾਥੀਓ ਚਿੰਤਕਾਂ ਅਤੇ ਸਿੱਖਿਆਰਥੀਆਂ ਨੂੰ ਮੋਹ ਭਿੱਜੀ ਸਤ ਸ੍ਰੀ ਅਕਾਲ ਇਸ ਵੀਡੀਓ ਦੇ ਅੰਦਰ ਆਪਾਂ ਚਰਚਾ ਕਰਾਂਗੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਨੇ ਸੈਮੈਸਟਰ ਪ੍ਰਣਾਲੀ ਤੇ ਆਧਾਰਿਤ ਨਵੇਂ ਪੇਪਰ ਦਾਇ ਪੈਟਰਨ ਬਾਰੇ ਅਤੇ ਮੇਰੇ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਬਾਰੇ ਤੁਸੀਂ ਇਹਨੂੰ ਕਿਤਾਬ ਵੀ ਕਹਿ ਸਕਦੇ ਹੋ ਵਨ ਵੀਕ ਸੀਰੀਜ਼ ਜੋ ਤੁਹਾਡੇ ਅੰਦਰ ਬੜਾ ਪਰਚਲਤ ਹੈ ਉਹ ਵੀ ਤੁਸੀਂ ਕਹਿ ਸਕਦੇ ਹੋ ਗਾਈਡ ਵੀ ਕਹਿ ਸਕਦੇ ਹੋ ਪਰੰਤੂ ਮੈਂ ਸ਼ਬਦ ਵਰਤਾਂਗਾ ਕਿਤਾਬ ਇਹ ਜਿਹੜੀਆਂ ਦੋਨੋਂ ਕਿਤਾਬਾਂ ਨੇ ਤੁਹਾਨੂੰ ਆਪਣੇ ਬੀਕਾਨੇਰ ਸੰਭਾਗ ਗੰਗਾ ਨਰ ਹਰਮਾਨਗੜ ਜ਼ਿਲ੍ਹੇ ਕਿਸੇ ਵੀ ਬੁੱਕ ਸ਼ਾਪ ਤੇ ਹੈ ਉਹ ਮਿਲ ਜਾਣਗੀਆਂ ਹੋਰ ਇਸ ਕਿਤਾਬ ਦੇ ਅੰਦਰ ਜਿਹੜਾ ਤੁਸੀਂ ਜਿਵੇਂ ਹੀ ਪੰਨਾ ਪਲਟੋਗੇ ਪਹਿਲੇ ਪੰਨੇ ਦੇ ਪਿੱਛੇ ਆਪਣੇ ਮੁੱਖ ਵੰਤਰਕ ਡਿਸਟ੍ਰੀਬਿਊਟਰ ਦਾ ਨੰਬਰ ਦਿੱਤਾ ਹੋਇਆ ਹੈ ਜੇ ਤੁਸੀਂ ਘਰੇ ਮੰਗਾਨੀ ਹੈ ਤਾਂ ਇਸ ਉੱਤੇ ਫੋਨ ਕਰਕੇ ਵੀ ਮੰਗਵਾ ਸਕਦੇ ਹੋ ਵਰਨਾ ਆਪਣੇ ਨਜ਼ਦੀਕੀ ਬੁੱਕ ਸ਼ੋਪ ਤੇ ਤੁਸੀਂ ਜਾਣਾ ਔਰ ਉੱਥੋਂ ਇਹ ਖਰੀਦ ਲੈਣੀ ਹੈ ਪੈਟਰਨ ਬਾਰੇ ਚਰਚਾ ਕਰੀਏ ਕਿਤਾਬਾਂ ਬਾਰੇ ਚਰਚਾ ਕਰੀਏ ਉਸ ਤੋਂ ਪਹਿਲਾਂ ਥੋੜਾ ਕਿਤਾਬ ਬਾਰੇ ਮੈਂ ਦੱਸਦਾ ਇਸ ਕਿਤਾਬ ਦੇ ਅੰਦਰ ਕਿਉਂਕਿ ਇਸ ਵਾਰ ਪੈਟਰਨ ਬਦਲਿਆ ਗਿਆ ਹੈ ਔਰ ਇਹ ਕਿਤਾਬ ਕੀ ਹੈ ਜਦੋਂ ਵੀ ਤੁਸੀਂ ਜਾਓ ਬੁੱਕਸਟਾਲ ਤੇ ਤਾਂ ਐਸੀ ਨਾਮ ਤੋਂ ਜੇ ਕੋਈ ਮੇਰੀ ਕਿਤਾਬ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਮੇਰੇ ਨਾਮ ਤੋਂ ਜਿਹੜੀ ਕਿਤਾਬ ਹੈ ਆ ਲਿਖੀ ਗਈ ਹੈ ਪ੍ਰੋਫੈਸਰ ਕੁਲਦੀਪ ਸਿੰਘ ਨਾਮ ਲਿਖਿਆ ਹੈ ਇਸ ਤਰੀਕੇ ਦਾ ਇਹਦਾ ਕਲਰ ਹੈਗਾ ਔਰ ਪਿੱਛੇ ਮੇਰੀ ਫੋਟੋ ਲੱਗੀ ਹੋਈ ਹੈ ਔਰ ਨਾਲੇ ਆਪਣੇ ਸਹਿਲੇਕ ਰਜਿੰਦਰ ਸਿੰਘ ਸਹੂ ਉਸਦੀ ਵੀ ਫੋਟੋ ਲੱਗੀ ਹੋਈ ਹੈ ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਵੇਖ ਲੈਣਾ ਔਰ ਇਹ ਕਿਤਾਬ ਹੈ ਜੋ ਤੁਸੀਂ ਲੈਣੀ ਹੈ ਇਸ ਤੋਂ ਪਹਿਲਾਂ ਆਪਣਾ ਕੀ ਸੀ ਕਿ ਸੈਕੰਡ ਗ੍ਰੇਡ ਦੀ ਬੁੱਕ ਨਿਕਲੀ ਸੀ ਤੁਸੀਂ ਉਹਨੂੰ ਬਹੁਤ ਹੀ ਸਤਕਾਰ ਦਿੱਤਾ ਪਿਆਰ ਦਿੱਤਾ ਇਸ ਤਰੀਕੇ ਨਾਲ ਮੇਰੀ ਅਪੀਲ ਰਹੇਗੀ ਕਿ ਇਸ ਵਾਰ ਵੀ ਤੁਸੀਂ ਜਿਹੜਿਆ ਮੇਰੀ ਨਵੀਂ ਸੀਰੀਜ਼ ਮੈਂ ਕੱਢੀ ਹੈਗੀ ਹੈ ਵਨ ਵੀਕ ਸੀਰੀਜ਼ ਕਹਿ ਲਓ ਗਾਈਡ ਕਹਿ ਲਓ ਜੋ ਕਿਤਾਬ ਮੈਂ ਕੱਢੀ ਆ ਉਸ ਨੂੰ ਭਰਪੂਰ ਪਿਆਰ ਤੇ ਸਤਿਕਾਰ ਕਹਿਣਾ ਹੈ ਇਸ ਦਾ ਜੋ ਫੋਟੋ ਹੈ ਉਸ ਨੂੰ ਚੰਗੀ ਤਰ੍ਹਾਂ ਵੇਖ ਲਓ ਕਿਸੇ ਵੀ ਬੁੱਕਸਟਾਲ ਤੇ ਕਿੱਥੇ ਵੀ ਜਾਓ ਤਾਂ ਇਸ ਦੀ ਤੁਸੀਂ ਡਿਮਾਂਡ ਕਰੋਗੇ ਤੁਹਾਨੂੰ ਇਹ ਮਿਲ ਜਾਵੇਗੀ ਹੁਣ ਆਪਾਂ ਗੱਲ ਕਰੀਏ ਪੈਟਰਨ ਦੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਨੇ ਇਸ ਵਾਰ ਸੈਮੈਸਟਰ ਪ੍ਰਣਾਲੀ ਲਾਗੂ ਕਰਤੀ ਤੇ ਸੈਮੈਸਟਰ ਪ੍ਰਣਾਲੀ ਦੇ ਕਾਰਨ ਹਰੇਕ ਵਿਸ਼ਾ ਹੈ ਉਹਦੇ ਦੋ ਪੇਪਰ ਹੋਣੇ ਆ ਪੇਪਰ ਪਹਿਲਾ ਤੇ ਪੇਪਰ ਦੂਜਾ ਦੋ ਪੇਪਰ ਆਉਣਗੇ ਇਵੇਂ ਹੀ ਪੰਜਾਬੀ ਵਿਸ਼ੇ ਦੇ ਵੀ ਦੋ ਪੇਪਰ ਹੋਣੇ ਆ ਪੇਪਰ ਪਹਿਲਾ ਅਤੇ ਦੂਜਾ ਹੁਣ ਕੀ ਹੈ ਕਿ ਤੁਸੀਂ ਜਿਵੇਂ ਹੀ ਇਸ ਕਿਤਾਬ ਨੂੰ ਖੋਲਦੇ ਹੋ ਵਨ ਵੀਕ ਸੀਰੀਜ਼ ਨੂੰ ਖੋਲਦੇ ਹੋ ਤਾਂ ਇਸ ਦੇ ਵਿੱਚ ਕੀ ਹੋਵੇਗਾ ਕਿ ਸਾਹਮਣੇ ਆਪਣੇ ਪੈਟਰਨ ਦਿੱਤਾ ਹੋਇਆ ਹੈ ਜਿਹੜਾ ਐਕਸਟਰਨਲ ਹੈ ਉਹ 60 ਨੰਬਰ ਦਾ ਹੈ ਇੰਟਰਨਲ ਹੈ ਉਹ 15 ਨੰਬਰ ਦਾ ਹੈ ਇਸੇ ਤਰੀਕੇ ਨਾਲ ਦੂਜੀ ਜਿਹੜਾ ਦੂਜਾ ਪੇਪਰ ਹੈ ਉਸ ਵੀ ਲਿਖਤ ਪ੍ਰੀਖਿਆ ਹੈ ਉਹ 60 ਨੰਬਰਾਂ ਦੀ ਅਤੇ ਜਿਹੜੇ ਕਾਲਜ ਦੀ ਤਰਫੋਂ ਸਤਰਾਂਕ ਭੇਜਣੇ ਜਿਵੇਂ 12ਵੀਂ ਚ ਆਪਾਂ ਪੜਦੇ ਆਏ ਹਾਂ ਉਸ ਤਰੀਕੇ ਨਾਲ ਇੰਟਰਨਲ ਹੋਣਗੇ ਉਸ ਵਿੱਚ ਉਹ ਇੰਟਰਨਲ ਬਾਰੇ ਪੇਪਰ ਦੇ ਪੂਰੇ ਪਾਠਕ੍ਰਮ ਦੇ ਬਾਰੇ ਪੂਰੀ ਵਿਸਥਾਰ ਸਹਿਤ ਅਲੱਗ ਤੋਂ ਵੀਡੀਓ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇੱਥੇ ਆਪਾਂ ਚਰਚਾ ਕਰਾਂਗੇ ਪੈਟਰਨ ਅਤੇ ਕਿਤਾਬ ਬਾਰੇ ਇਸ ਤਰੀਕੇ ਦਾ ਪੈਟਰਨ ਰਹੇਗਾ ਪੇਪਰ ਦੇ ਵਿੱਚ 40 ਪ੍ਰਸ਼ਨ ਆਣਗੇ ਹਰੇਕ ਪ੍ਰਸ਼ਨ 1.5 ਨੰਬਰ ਦਾ ਹੈ ਹੋਰ 60 ਨੰਬਰ ਹੋਗੇ 15 ਨੰਬਰ ਦਾ ਇੰਟਰਨਲ 75 75 ਦੁੱਝੇ 150 ਸਾਰੇ ਵਿਸ਼ਿਆਂ 'ਚ ਐਵੇਂ ਹੈ ਇਵੇਂ ਹੀ ਪੰਜਾਬੀ ਦੇ ਅੰਦਰ ਹੈ ਹੁਣ ਜਿਹੜੀ ਆ ਆਪਾਂ ਕਿਤਾਬ ਕੱਢੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਕਾਲਜ ਦੇ ਵਿੱਚ ਜਦੋਂ ਪੜਾ ਰਹੇ ਸੀਗੇ ਤਾਂ ਉਸ ਸਮੇਂ ਜਿਹੜੇ ਐਮਸੀਕਿਊਜ਼ ਬਣਾਏ ਅਥਲਿਕਤ ਜਿਹੜੇ ਨੋਟਸ ਤਿਆਰ ਕੀਤੇ ਉਹ ਕੀ ਕਹਿੰਦੇ ਆ ਕਿ ਸਿਰਫ ਆਪਣੇ ਬੱਚਿਆਂ ਤੱਕ ਜਾ ਰਹੇ ਸੀ ਹੋਰ ਪਾਸੇ ਨਹੀਂ ਜਾ ਰਹੇ ਸੀ ਕਿਉਂਕਿ ਪੈਟਰਨ ਸਰਕਾਰ ਨੇ ਬਦਲਤਾ ਇਸ ਵਾਰ ਯੂਨੀਵਰਸਿਟੀ ਨੇ ਪਾਠਕ੍ਰਮ ਬਦਲਤਾ ਹੋਰ ਇਹ ਜਿਹੜੀ ਕਿਤਾਬ ਹੈ ਨਵੇਂ ਪੈਟਰਨ ਨਵੇਂ ਪਾਠਕ੍ਰਮ ਤੇ ਬਿਲਕੁਲ ਅਪਡੇਟ ਬਿਲਕੁਲ ਸਿਲੇਬਸ ਦੇ ਲਾਈਨ ਟੂ ਲਾਈਨ ਮੁਤਾਬਕ ਇਸ ਨੂੰ ਬਣਾਇਆ ਗਿਆ ਹੈ ਪਰ ਮੂਰ ਮਾਤਰਾ ਚ ਸਭ ਤੋਂ ਪਹਿਲਾਂ ਦੇਖੋ ਇੱਥੇ ਕੀ ਹੈ ਬਹੁ ਵਿਕਲਪੀ ਪ੍ਰਸ਼ਨ ਭਰਪੂਰ ਮਾਤਰਾ ਤੁਹਾਨੂੰ ਮਿਲਣਗੇ ਇਸ ਦੇ ਅੰਦਰ ਹਰ ਟਾਈਪ ਦਾ ਭਾਵੇਂ ਉਹ ਹਾਰਡ ਹੈ ਹਾਰਡ ਵੀ ਹੈ ਇਜ਼ੀ ਵੀ ਹੈ ਮੋਡਰੇਟ ਵੀ ਹੈ ਓਖੇ ਸੋਖੇ ਦਰਮਿਆਨੇ ਤਿੰਨੋਂ ਤਰੀਕੇ ਦੇ ਉਸ ਤੋਂ ਬਾਅਦ ਕੁਐਸਚਨ ਦਾ ਜਿਹੜਾ ਟਾਈਪ ਹੈ ਪੱਦਰ ਹੈ ਉਹ ਭਾਵੇਂ ਗਿਆਨ ਵਾਲਾ ਪ੍ਰਸ਼ਨ ਹੈ ਭਾਵੇਂ ਬੋਧ ਆਧਾਰਿਤ ਸਮਝਦਾਰਤ ਪ੍ਰਸ਼ਨ ਹੈ ਸਸਲੇਸ਼ਨ ਵਿਸ਼ਲੇਸ਼ਨ ਐਪਲੀਕੇਸ਼ਨ ਵਾਲਾ ਕੁਐਸਚਨ ਹੈ ਹਰ ਤਰੀਕੇ ਦਾ ਕੁਐਸਚਨ ਸ਼ਾਮਿਲ ਕੀਤਾ ਗਿਆ ਹੈ ਕੱਲੇ ਐਵੇਂ ਨਹੀਂ ਕੀ ਇੱਕ ਟਾਈਪ ਦੇ ਹੀ ਦਿੱਤੇ ਹੋਣ ਬਈ ਸਿੰਪਲ ਕੁਐਸਚਨ ਦਿੱਤਾ ਗਿਆ ਹੁੰਦਾ ਥੱਲੇ ਆਪਸ਼ਨ ਦਿੱਤੇ ਗਿਆ ਐਵੇਂ ਨਹੀਂ ਕੀਤਾ ਗਿਆ ਉਹ ਜੇ ਕੁਐਸਚਨ ਵੀ ਹੈ ਉਹਨਾਂ ਕੁਐਸਚਨਾਂ ਦੇ ਨਾਣ ਨਾਣ ਮੈਚਿੰਗ ਵਾਲੇ ਕੁਐਸਚਨ ਸੂਚੀ ਮਿਲਾਉਣ ਵਾਲੇ ਰਿਕਸਥਾਨ ਵਾਲੇ ਕੁਐਸਚਨ ਅਸੈਂਡਿੰਗ ਆਰਡਰ ਵਾਲੇ ਡਿਸੈਂਡਿੰਗ ਆਰਡਰ ਵਾਲੇ ਪੈਰੇ ਤੇ ਆਧਾਰਿਤ ਕੁਐਸਚਨ ਹੋਰ ਵੀ ਜਿਹੜੇ ਕੁਐਸਚਨ ਨੇ ਜਿਨ੍ਹਾਂ ਦੀ ਪੂਰੀ ਸੰਭਾਵਨਾ ਹੈ ਘੱਟੋ ਘੱਟ 10 12 ਟਾਈਪ ਦੇ ਕੁਐਸਚਨ ਹੈ ਜਿਹੜੇ ਉਹਨਾਂ ਨੂੰ ਧਿਆਨ ਰੱਖ ਕੇ ਯੂਨੀਵਰਸਿਟੀ ਦੇ ਪੂਰੇ ਪੈਟਰਨ ਨੂੰ ਧਿਆਨ ਰੱਖ ਕੇ ਪੂਰੀ ਤਰ੍ਹਾਂ ਜਾਂਚਣ ਪਰਖਣ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਹੈ। ਕਾਫੀ ਮਿਹਨਤ ਕੀਤੀ ਗਈ ਹੈ। ਔਰ ਜਿਹੜੇ ਨੋਟਸ ਬਣਾਏ ਗਏ ਸੀਗੇ ਉਹ ਨੋਟਸ ਵੀ ਇਹਦੇ ਵਿੱਚ ਸ਼ਾਮਲ ਹੈ। ਦੂਜੇ ਤੁਸੀਂ ਦੇਖੋਗੇ ਕਿ ਆਹ ਦੇਖੋ ਸਾਰ ਸੰਖੇਪ ਉਸ ਤੋਂ ਉੱਤੇ ਹੈ ਮਾਡਲ ਪੇਪਰ। ਇਹਨਾਂ ਦੇ ਵਿੱਚ ਮਾਡਲ ਪੇਪਰ ਵੀ ਸ਼ਾਮਲ ਕੀਤੇ ਗਏ ਹਨ। ਤੁਸੀਂ ਮਾਡਲ ਪੇਪਰਾਂ ਨੂੰ ਕਰਕੇ ਵੇਖੋ ਜਿਵੇਂ ਪੇਪਰ ਆਣਾ ਹੈ। ਉਸੀ ਤਰੀਕੇ ਦਾ ਮਾਡਲ ਪੇਪਰ ਹੈ ਜੋ ਤੁਹਾਨੂੰ ਇਸ ਦੇ ਅੰਦਰ ਮਿਲੇਗਾ ਤੁਹਾਨੂੰ ਇਸ ਨਾਲ ਇਹ ਵੀ ਪਤਾ ਲੱਗ ਜਾਏਗਾ ਵੀ ਪੇਪਰ ਕਿਸ ਤਰੀਕੇ ਦਾ ਹੈ ਕਿਸੇ ਤਰੀਕੇ ਦੀ ਤੁਹਾਨੂੰ ਦਿੱਕਤ ਨਹੀਂ ਰਹੇਗੀ ਪੇਪਰ ਦਾ ਸਟੈਂਡਰਡ ਪੇਪਰ ਦਾ ਤਰੀਕਾ ਉਹ ਸਾਰਾ ਤੁਹਾਨੂੰ ਮਾਡਲ ਪੇਪਰ ਕਰਕੇ ਪਤਾ ਲੱਗ ਜਾਏਗਾ ਵੀ ਪੇਪਰ ਇਸ ਤਰੀਕੇ ਦਾ ਆਵੇਗਾ ਉਸ ਤੋਂ ਬਾਅਦ ਹੈ ਸਾਰ ਸੰਖੇਪ ਆਪਣੇ ਹੱਥ ਲਿਖਿਤ ਨੋਟਸ ਇਸ ਦੇ ਅੰਦਰ ਸ਼ਾਮਲ ਹੈ ਦੇਖੋ ਇਸ ਕਿਤਾਬ ਦੇ ਪਹਿਲੇ ਪੰਨੇ 'ਚ ਐਮਸੀਕਿਊ ਐਂਡ ਸ਼ੋਰਟ ਨੋਟਸ ਬਹੁ ਵਿਕਲਪੀ ਪ੍ਰਸ਼ਨ ਹੈ ਅਤੇ ਮੇਰੇ ਦੁਆਰਾ ਤਿਆਰ ਕੀਤੇ ਗਏ ਨੋਟਸ ਹੈ ਜੋ ਉਹ ਵੀ ਇਸ ਦੇ ਅੰਦਰ ਹੈਗੇ ਹੈ ਬਾਰ ਬਾਰ ਚੈੱਕ ਕੀਤਾ ਗਿਆ ਗਲਤੀ ਦੀ ਸੰਭਾਵਨਾ ਛੱਡੀ ਨਹੀਂ ਗਈ ਹੈ ਕਿਸੇ ਪ੍ਰਕਾਰ ਦੀ ਕੋਈ ਗਲਤੀ ਤੁਹਾਨੂੰ ਇੱਥੇ ਦੇਖਣ ਦੀ ਨਹੀਂ ਮਿਲੇਗੀ ਤਿੰਨ ਚਾਰ ਵਾਰ ਮੈਂ ਖੁਦ ਚੈੱਕ ਕੀਤਾ ਇਸ ਨੂੰ ਐਵੇਂ ਨਹੀਂ ਕਿ ਇੱਕ ਵਾਰ ਚੈੱਕ ਕੀਤਾ ਔਰ ਕੱਢਤਾ ਐਜਾ ਨਹੀਂ ਕੀਤਾ ਕਾਫੀ ਵਾਰ ਚੈੱਕ ਕੀਤਾ ਉਸ ਤੋਂ ਬਾਅਦ ਤੁਸੀਂ ਇਹਨੂੰ ਪੜੋ ਬੜੀ ਹੀ ਸ਼ਰਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਣ ਲੱਗੀ ਹੋਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਆਪਣੇ ਨੋਟਸ ਐ ਸਾਰ ਸੰਖੇਪ ਐ ਆਪਣੇ YouTube ਚੈਨਲ ਦੀ ਪਲੇਲਿਸਟ ਜਾਓ ਉੱਥੇ BA ਫਸਟ ਇਅਰ BA ਸੈਮੈਸਟਰ ਦਾ ਇੱਕ ਪਲੇਲਿਸਟ ਬਣੀ ਐ ਉਸ ਦੇ ਅੰਦਰ ਤੁਹਾਨੂੰ ਨੋਟਸ ਬਾਰੇ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ ਟੋਪਿਕ ਪੜੋ ਪਹਿਲੀ ਗੱਲ ਤਾਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਵੇਗੀ ਨਹੀਂ ਬੜੇ ਹੀ ਪਿਆਰ ਨਾਲ ਸਮਝਾਇਆ ਗਿਆ ਹੈ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਹੋਰ ਕਿਤਾਬਾਂ ਅਗਰ ਤੁਸੀਂ ਲੈ ਲੈਨੇ ਹੋ ਤਾਂ ਉਸ ਵਿੱਚ ਆਹ ਦਿੱਕਤ ਹੁੰਦੀ ਹੈ ਵੀ ਕਿਤਾਬ 'ਚੋਂ ਅਗਰ ਕਿੱਥੇ ਵੀ ਕੋਈ ਵੀ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕੀ ਕਰੋ ਬਈ ਪਰ ਇਹ ਜਾ ਨਹੀਂ ਹੈ ਕਿਤਾਬ ਤੁਹਾਨੂੰ ਸਰਲ ਪਾਸਾ 'ਚ ਲਿਖੀ ਹੈ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਉਸ ਤੋਂ ਬਾਅਦ ਵੀ ਤੁਸੀਂ YouTube ਤੇ ਵੀਡੀਓ ਵੇਖ ਸਕਦੇ ਹੋ ਤੁਹਾਨੂੰ ਵੀਡੀਓ ਮਿਲ ਜਾਏਗਾ ਹੋਰ ਤੁਹਾਡੀ ਤਿਆਰੀ ਬਹੁਤ ਵਧੀਆ ਹੋ ਜਾਏਗੀ ਹੋਰ ਆਰਾਮ ਨਾਲ ਵਧੀਆ ਨੰਬਰਾਂ ਤੋਂ ਤੁਸੀਂ ਪਾਸ ਹੋ ਜਾਓਗੇ ਇੱਕ ਵਾਰ ਫੇਰ ਮੈਂ ਅਪੀਲ ਕਰਾਂਗਾ ਜਿਸ ਤਰੀਕੇ ਤੁਸੀਂ ਪਹਿਲਾਂ ਮੰਨੂ ਬੜਾ ਹੀ ਅਦਬ ਸਤਕਾਰ ਸਹੀ ਜਿਹੜੀ ਪਹਿਲੀ ਮੇਰੀ ਕਿਤਾਬ ਕੱਢੀ ਸੀ ਉਹਨੂੰ ਬੜਾ ਹੀ ਭਰਮਾ ਹੁੰਗਾਰੇ ਦਿੱਤਾ ਉਸੇ ਭਰਵੇਂ ਹੁੰਗਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਦੁਬਾਰਾ ਫਿਰ ਮੈਂ ਅਪਰਾਲਾ ਕੀਤਾ ਹੈ ਕਿ ਬੱਚਿਆਂ ਨੂੰ ਬੜੇ ਹੀ ਸਸਤੇ दाम ਤੇ ਕਿਉਂਕਿ ਬੱਚਾ ਜਿਹੜਾ ਸੀਗਾ ਆਪਾਂ ਕਾਲਜ ਵਿੱਚ ਪੜਾਉਂਦੇ ਸੀ ਜਦੋਂ ਨੋਟ ਵਗੈਰਾ ਉਹ ਨੋਟ ਕਰਦੇ ਸੀਗੇ ਉਸ ਤੋਂ ਬਾਅਦ ਐਮਸੀਕਿਊ ਔਰ ਆਪਣੇ ਨੋਟਸ ਸੀ ਉਹਨਾਂ ਦੀ ਸੰਖਿਆ ਇਹਨਾਂ ਜ਼ਿਆਦਾ ਹੋ ਗਈ ਸੀ ਕਿ ਫੋਟੋਕਾਪੀ ਕਰਾਂਦੇ ਸਤਾ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਸੀ ਔਰ ਦਾਇਰਾ ਛੋਟਾ ਰਹਿੰਦਾ ਸੀ ਹਰ ਇੱਕ ਬੱਚੇ ਤੱਕ ਪਹੁੰਚ ਬਣਾਉਣ ਲਈ ਹਰ ਇੱਕ ਬੱਚੇ ਦੀ ਸਫਲਤਾ ਲਈ ਚੰਗੇ ਨੰਬਰਾਂ ਲਈ ਇਹ ਉਪਰਾਲਾ ਕੀਤਾ ਗਿਆ ਤੁਹਾਨੂੰ ਬਹੁਤ ਹੀ ਉਚਿਤ ਧਾਮ ਦੇ ਉੱਤੇ ਆ ਕਿਤਾਬ ਹੈ ਕਿਸੇ ਵੀ ਨਜ਼ਦੀਕੀ ਬੁੱਕ ਸ਼ਾਪ ਤੇ ਮਿਲ ਜੇਗੀ ਤੁਸੀਂ ਉੱਥੋਂ ਖਰੀਦ ਸਕਦੇ ਹੋ ਵਰਨਾ ਆਪਣੇ ਮੁੱਖ ਵੰਤਰਕਤਾ ਨੰਬਰ ਹੈ ਇਸ ਦੇ ਅੰਦਰ ਦਿੱਤਾ ਗਿਆ ਹੈ ਤੁਸੀਂ ਉਸ ਨਾਲ ਸੰਪਰਕ ਕਰ ਸਕਦੇ ਹੋ ਕਿਤਾਬ ਤੁਹਾਡੇ ਘਰੇ ਪਹੁੰਚ ਜਾਵੇਗੀ ਤੁਹਾਡੇ ਤੋਂ ਅਪੀਲ ਕਰਦਾ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਪਰਵਾਹ ਹੁੰਗਾਰਾ ਦੇਣਾ ਹੈ ਮੇਰੇ ਪਿਆਰੇ ਬੱਚਿਓ ਸਿਖਿਆਰਥੀਓ ਅਤੇ ਵਿਦਵਾਨ ਸਾਥੀਓ ਚਿੰਤਕੋ ਧੰਨਵਾਦ